अज दोपहर 3 बजे थाना सुभानपुर विखे उस वेले हफड़ा दफड़ी मच गई जदों थाने दे बाहर माल मुकदमे विच वख-वख केसां नाल संबंधित जब्त किते वाहनां नूं अचानक अग लग गई। अग दा कहर इन्ना जबरदस्त सी कि वेखदिआं अग ने माल मुकदमे च शामिल 35 मोटरसाइकिल दे 12 गड्डियां नूं अपनी लपेट विच लै लिया। जानकारी अनुसार यह अग उत्थे लगे ट्रांसफार्म ते बिजली तारां ते शॉर्ट सर्किट कारण लगी दसी जा रही है। फिलहाल फायर ब्रिगेड दी गड्डियां अग नूं काबू पाउण विच जद्दोजहद कर रही हैं। खबर लिखे जाण तक अजे भी अग ते काबू नहीं पाया जा सकिया है। हाँ जी सर, अज थाणा सुभानपुर के बाहर जो तुहाडा मान लो गड्डियां खड़ियां वा मुकदमे वालियां उन्हां नूं अग लग गई, उहदे बारे तुसीं की कहना चाहोगे, किस तरह अग लगी है, थोड़ा विस्तार नाल दस्सिओ जी। ਇਹ ਜਿਹੜਾ ਸਰ ਮਾਲ ਮੁਕਦਮਾ ਇਹ ਕਾਫੀ ਪੁਰਾਣਾ ਹੈ, ਜਿਹੜਾ ਇਹਨਾਂ ਦੇ ਕੋਈ ਵਾਰਸ ਹੋਵੇ ਇਹਦੇ ਮਗਰ ਕੋਈ ਪੈਰਵਾਈ ਨਹੀਂ ਕਰਦਾ। ਇਹਨਾਂ ਕੀਤੀ ਪਹਿਲਾਂ ਸਾਡੇ 2 ਟਰਾਂਸਫਾਰਮਰ ਲੱਗੇ ਹੋਏ ਆ ਥਾਣੇ ਦੇ ਬਾਹਰ, ਇੱਕ ਦੀ ਸਪਲਾਈ ਜਿਹੜੀ ਲੋਕਲ ਹੈਗੀ, ਇੱਕ ਦੀ ਸਪਲਾਈ ਜਿਹੜੀ ਉਹ ਹਾਈਵੇ ਸਟਰੀਟ ਵਗੈਰਾ ਨੂੰ ਚੱਲ ਰਹੀ ਹੈ। ਉਹ ਅੰਡਰਗਰਾਊਂਡ ਪਾਈ ਹੋਈ ਹੈ ਉਹਨਾਂ ਇਹਨਾਂ ਦੋਨਾਂ ਦੇ, ਹੁਣ ਹੋਇਆ ਤਾਂ ਸ਼ੋਰਟ ਸਰਕਟ ਦੇ ਨਾਲ ਹੀ ਆ। ਹੁਣ ਉਹਨੇ ਦੋਨਾਂ ਦੇ ਜਿਹੜੇ ਆ ਜੇਈ ਆਪਣੇ ਆਏ ਹੋਏ ਆ, ਉਹ ਹੁਣ ਆਪਸ 'ਚ ਵਿਚਾਰ ਵਟਾਂਦਰਾ ਕਰ ਰਹੇ ਆ ਵੀ ਕੀ ਕਿਸ ਤਰ੍ਹਾਂ ਅੱਗ ਜਿਹੜੀ ਲੱਗੀ ਆ। ਇਹ ਜਿਹੜੀ ਅੱਗ ਲੱਗੀ ਇਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਦਾ ਤਾਂ ਨਹੀਂ ਕੋਈ ਹੈ, ਕੁਛ ਇਸ ਤਰ੍ਹਾਂ ਦੀ ਕੋਈ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹ ਬਿਲਕੁਲ ਜਿਹੜਾ ਆ ਇਹੋ ਜਿਹਾ ਕੋਈ ਮਸਲਾ ਨਹੀਂ ਹੈ। ਸਰ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਜਾਂ ਕੋਈ ਮਾਲੀ ਨੁਕਸਾਨ ਕਿਸੇ ਤਰੀਕੇ ਦਾ? ਨਹੀਂ ਜੀ, ਮੈਂ ਅਤੇ ਮੇਰੇ ਜਵਾਨਾਂ ਨੇ ਕਾਫੀ ਮਿਹਨਤ ਕੀਤੀ, ਫਾਇਰ ਬ੍ਰਿਗੇਡ ਵੱਲੋਂ ਹਮੀਰਾ ਜਗਜੀਤ ਇੰਡਸਟਰੀ ਤੋਂ ਹੋਈ, ਕਪੂਰਥਲੇ ਇਨਫੋਰਮ ਕੀਤਾ ਕੰਟਰੋਲ ਨੂੰ, ਪਲੱਸ ਤੋਂ ਤਾਲਮੇਲ ਕੀਤਾ, ਉਸ ਤੋਂ ਬਾਅਦ SHO ਕਰਤਾਰਪੁਰ ਉਹਨਾਂ ਦਾ ਧੰਨਵਾਦ ਆ, ਉਹਨਾਂ ਨੇ ਵੀ ਜਿਹੜੀ ਆ ਫਾਇਰ ਬ੍ਰਿਗੇਡ ਭੇਜੀ ਛੇਤੀ ਜਿੰਨੀ ਛੇਤੀ ਹੋ ਸਕਿਆ। ਅਤੇ ਸਾਡਾ ਕਾਫੀ ਨੁਕਸਾਨ ਹੋਣਾ ਸੀ ਜੇ ਟਾਈਮ ਸਿਰ ਸਾਨੂੰ ਕਿਸੇ ਪਾਸੇ ਵੀ ਸਹੂਲਤ ਮੁਹੱਈਆ ਨਾ ਹੁੰਦੀ। ਸਰ ਕੁਛ ਗੱਡੀਆਂ ਜਿਹੜੀਆਂ ਅਸੀਂ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਨਵੀਂ ਗੱਡੀ ਹੈਗੀ ਹੈ, ਹੋਰ ਕੋਈ ਪੁਰਾਣੀਆਂ ਗੱਡੀਆਂ ਵੀ ਆ ਮਾਲ ਮੁਕਦਮੇ ਦੀਆਂ ਵੀ। ਮੌਕੇ 'ਤੇ ਜਿੰਨੀ ਕੁ ਅਸੀਂ ਮਸ਼ੀਨਰੀ ਆਪਣੀ ਬਚਾ ਸਕਦੇ ਸੀ, ਮਾਲ ਮੁਕਦਮਾ ਬਣਾ ਸਕਦੇ ਸੀ, ਉਹ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਬਚਾਇਆ। ਇਸ ਹਾਦਸੇ ਵਿੱਚ ਕਿੰਨੀਆਂ ਗੱਡੀਆਂ ਅਤੇ ਕਿੰਨੇ ਮੋਟਰਸਾਈਕਲਾਂ ਦਾ ਨੁਕਸਾਨ ਹੋਇਆ? ਇਸ ਹਾਦਸੇ ਦੇ ਵਿੱਚ ਕਰੀਬ 12 ਕਾਰਾਂ ਆ ਜਿਹੜੀਆਂ ਪੁਰਾਣੀਆਂ, ਕਾਫੀ ਪੁਰਾਣੀਆਂ, ਮਤਲਬ ਕਵਾੜੀ ਬਣ ਚੁੱਕਿਆ ਹੋਇਆ, ਅਤੇ ਕਰੀਬ 60 ਦੇ ਕਰੀਬ ਜਿਹੜੇ ਆ ਉਹ ਮੋਟਰਸਾਈਕਲ, ਉਹ ਵੀ ਕਾਫੀ ਪੁਰਾਣੇ, ਕਈ ਸਾਲਾਂ ਤੋਂ ਪੁਰਾਣੇ।